A millionaire named Thomas, ਇੱਕ ਕਰੋੜਪਤੀ ਜਿਸਦਾ ਨਾਮ ਥੋਮਸ ਸੀ, ਵਾਕਡ ਇਨਟੂ ਅ ਪਾਪੂਲਰ ਬੈਂਕ ਇਨ ਦ ਮਿਡਲ ਆਫ ਨਿਊਯਾਰਕ ਸਿਟੀ। ਨਿਊਯਾਰਕ ਸਿਟੀ ਦੇ ਬਹੁਤ ਹੀ ਮਸ਼ਹੂਰ ਬੈਂਕ ਵਿੱਚ ਉਹ ਗਿਆ ਐਂਡ ਰਿਕੁਐਸਟਡ ਟੂ ਸਪੀਕ ਟੂ ਅ ਲੋਨ ਆਫੀਸਰ, ਅਤੇ ਉਸਨੇ ਲੋਨ ਆਫੀਸਰ ਦੇ ਨਾਲ ਮਿਲਣ ਲਈ ਰਿਕੁਐਸਟ ਕੀਤੀ। ਹੀ ਡਿਡ ਨੋਟ ਇਨਫੋਰਮ ਦ ਸਟਾਫ ਆਫ ਹਿਸ ਇਮੈਂਸ ਰਿਚਿਸ, ਉਸਨੇ ਸਟਾਫ ਨੂੰ ਆਪਣੇ ਬਹੁਤ ਜ਼ਿਆਦਾ ਧਨ ਬਾਰੇ ਬਿਲਕੁਲ ਨਹੀਂ ਦੱਸਿਆ। ਬਟ ਹੀ ਸਿੰਪਲੀ ਸੈਡ, ਪਰ ਉਸਨੇ ਸਿਰਫ ਇੰਨਾ ਹੀ ਕਿਹਾ, ਦੈਟ ਹੀ ਵਾਜ਼ ਗੋਇੰਗ ਅਵੇ ਔਨ ਬਿਜ਼ਨਸ ਫੋਰ ਅ ਫਿਊ ਵੀਕਸ। ਪਰ ਉਸਨੇ ਸਿਰਫ ਇੰਨਾ ਹੀ ਕਿਹਾ ਕਿ ਉਹ ਆਪਣੇ ਬਿਜ਼ਨਸ ਤੋਂ ਕੁਝ ਹਫ਼ਤੇ ਲਈ ਦੂਰ ਜਾ ਰਿਹਾ ਹੈ, ਟੂ ਐਨ ਅਦਰ ਕੰਟਰੀ, ਇੱਕ ਦੂਜੇ ਦੇਸ਼ ਵਿੱਚ, ਐਂਡ ਨੀਡਿਡ ਟੂ ਬੋਰੋ ਅ ਸਮਾਲ ਸਮ ਆਫ ਮਨੀ, ਅਤੇ ਕੁਝ ਪੈਸਾ ਉਧਾਰ ਲੈਣਾ ਚਾਹੁੰਦਾ ਹੈ, ਡੋਲਰ 5,000, $5,000। ਬੈਂਕਸ ਬੀਂਗ ਬੈਂਕਸ, ਬੈਂਕ ਬੈਂਕੀ ਹੁੰਦੇ ਹਨ, ਦੇ ਇਮੀਡੀਏਟਲੀ ਆਸਕਡ ਫੋਰ ਸਿਕਿਉਰਿਟੀ ਔਨ ਦਾ ਲੋਨ। ਉਹਨਾਂ ਨੇ ਉਸੇ ਵੇਲੇ ਉਸ ਲੋਨ ਦੀ ਸਿਕਿਉਰਿਟੀ ਬਾਰੇ ਪੁੱਛਿਆ। ਥੋਮਸ ਪੁਆਇੰਟਡ ਆਊਟ ਆਫ ਦਾ ਵਿੰਡੋ ਟੂ ਦਾ ਸ਼ਾਈਨੀ ਨਿਊ ਫੈਰਾਰੀ ਪਾਰਕਡ ਰਾਈਟ ਇਨ ਫਰੰਟ ਆਫ ਦਾ ਬੈਂਕ। ਥੋਮਸ ਨੇ ਇੱਕਦਮ ਬੈਂਕ ਦੀ ਵਿੰਡੋ ਚੋਂ ਬੈਂਕ ਦੇ ਬਾਹਰ ਖੜੀ ਹੋਈ ਚਮਕਦਾਰ ਫੈਰਾਰੀ ਕਾਰ ਵੱਲ ਇਸ਼ਾਰਾ ਕੀਤਾ। ਹੀ ਟੁੱਕ ਦ ਟਾਈਟਲ, ਪੇਪਰ ਵਰਕ ਐਂਡ ਕੀਜ਼ ਆਊਟ ਆਫ ਹਿਸ ਪੋਕਿਟ ਐਂਡ ਸਲੈਪਡ ਦੈਮ ਡਾਊਨ ਔਨ ਦਾ ਕਾਊਂਟਰ ਲਾਈਕ ਅ ਮੈਨ ਔਨ ਅ ਮਿਸ਼ਨ। ਉਸਨੇ ਫਟਾਫਟ ਆਪਣਾ ਲੈਟਰ ਹੈਡ ਕੱਢਿਆ, ਉਹਨੇ ਸਾਰੇ ਜੋ ਪੇਪਰ ਵਰਕ ਨਾਲ ਲੈ ਕੇ ਆਉਂਦੇ ਸੀ ਉਹ ਕੱਢੇ, ਐਂਡ ਕੀਜ਼ ਫੈਰਾਰੀ ਕਾਰ ਦੀਆਂ ਚਾਬੀਆਂ ਆਊਟ ਆਫ ਹਿਸ ਪੋਕਿਟ ਆਪਣੀ ਜੇਬ ਚੋਂ ਬਾਹਰ ਕੱਢੀਆਂ, ਐਂਡ ਸਲੈਪਡ ਦੈਮ ਡਾਊਨ ਔਨ ਦਾ ਕਾਊਂਟਰ ਲਾਈਕ ਅ ਮੈਨ ਔਨ ਅ ਮਿਸ਼ਨ, ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਾਊਂਟਰ ਦੇ ਉੱਤੇ ਜ਼ੋਰ ਨਾਲ ਰੱਖਿਆ ਕਿ ਜਿੱਦਾਂ ਇੱਕ ਮੈਨ ਕੋਈ ਮਿਸ਼ਨ ਤੇ ਚੱਲਿਆ ਹੋਵੇ। ਦ ਸਟਾਫ ਵੈਂਟ ਟੂ ਵਰਕ ਚੈਕਿੰਗ ਆਊਟ ਦਾ ਵੈਲਿਡਿਟੀ ਆਫ ਹਿਸ ਓਨਰਸ਼ਿਪ ਐਂਡ ਸ਼ੋਰ ਇਨਫ ਐਵਰੀਥਿੰਗ ਵਾਜ਼ ਚੈੱਕਡ ਆਊਟ। ਸਟਾਫ ਕੰਮ ਤੇ ਲੱਗ ਗਿਆ ਕਿ ਉਹ ਕਾਰ ਦੀ ਓਨਰਸ਼ਿਪ ਨੂੰ ਚੰਗੀ ਤਰ੍ਹਾਂ ਚੈੱਕ ਕਰੇ, ਹਰ ਚੀਜ਼ ਚੰਗੀ ਤਰ੍ਹਾਂ ਚੈੱਕ ਕਰੇ, ਐਂਡ ਆਫ ਕੋਰਸ ਵਿਚ ਬੈਂਕ ਵਾਜ ਗੋਇੰਗ ਟੂ ਟਰਨ ਡਾਊਨ ਅ ਕੁਆਟਰ ਆਫ ਅ ਮਿਲੀਅਨ ਡਾਲਰਸ ਇਨ ਕੋਲੈਟਰਲ ਸਿਕਿਉਰਿਟੀ ਫੋਰ ਅ ਮੇਅਰ ਡਾਲਰ 5,000 ਲੋਨ। ਅਤੇ ਹਾਂ, ਯਕੀਨਨ ਇਹੋ ਜਿਹਾ ਕਿਹੜਾ ਬੈਂਕ ਸੀ ਜਿਹਨੂੰ ਸਿਰਫ ਤੇ ਸਿਰਫ 5,000 ਲੋਨ ਦੇਣ ਦੇ ਬਦਲੇ ਉਹਦੇ ਨਾਲ ਸਿਕਿਉਰਿਟੀ ਵਜੋਂ 1/4 ਮਿਲੀਅਨ ਡਾਲਰ ਦੀ ਕੀਮਤ ਦੀ ਕਾਰ ਮਿਲ ਰਹੀ ਸੀ। Thomas left the bank with his $5,000 and the bank employee took Thomas' keys and drove the brand new Ferrari down into the bank's underground garage. Thomas bank to 5000 karja leke niklya ate bank employees ne usdi car drive karke bank de underground garage ch rakh ditti. He assured Thomas that it would be perfectly safe down there. Usne Thomas nu bharosa dwaya ke eh itthe puri tarah safe rahegi. Thomas then left the bank and caught his flight to his far away land. Thomas utho chala gaya ate usne apni flight phadi ek dur desh jaan layi. Anyway, 2 weeks went by. Khair, 2 hafte beet gaye and sure enough the bank opened Monday morning. Bank jadon Monday morning khulle ta unhone ki dekhya, to see Thomas stroll in, ke Thomas chahal kadmi karde hue andar aunda hai and slap the $5,000 he had borrowed back on the counter. Slap matlab zor di table te rakhna, so $5,000 zor naal table te ਉਹਨਾਂ ਨੂੰ ਰੱਖ ਕੇ ਵਾਪਸ ਕਰ ਦਿੰਦਾ ਜਿਹੜੇ ਕਿ ਉਸਨੇ ਉਧਾਰ ਲਏ ਸੀ, ਪਲੱਸ ਦ ਇੰਟਰਸਟ, ਅਤੇ ਨਾਲ ਹੀ ਇੰਟਰਸਟ ਵਿਚ ਵਾਜ਼ ਅਰਾਊਂਡ $15, ਜਿਹੜੇ ਕਿ ਸਿਰਫ $15 ਬਣੇ ਸੀ। ਦ ਲੋਨ ਆਫੀਸਰ ਆਸਕਡ ਫੋਰ ਦ ਕਾਰ ਟੂ ਬੀ ਬਰੋਟ ਰਾਊਂਡ ਟੂ ਦ ਫਰੰਟ ਆਫ ਦ ਬੈਂਕ ਐਂਡ ਦੈਨ ਆਸਕਡ ਥੋਮਸ ਅ ਕੁਐਸਚਨ। ਉਸ ਕਰਜ਼ਾ ਅਫਸਰ ਨੇ ਥੋਮਸ ਦੀ ਕਾਰ ਬੈਂਕ ਦੇ ਸਾਹਮਣੇ ਲਿਆਉਣ ਲਈ ਕਿਹਾ ਅਤੇ ਥੋਮਸ ਨੂੰ ਇੱਕ ਸਵਾਲ ਵੀ ਪੁੱਛਿਆ। ਅਵਰ ਬੈਂਕ ਪ੍ਰਾਈਡਸ ਇਟਸੈਲਫ ਇਨ ਡਿਟੇਲਸ ਐਂਡ ਕਸਟਮਰ ਸਰਵਿਸਿਸ, ਸਾਡਾ ਬੈਂਕ ਆਪਣੇ ਕੰਮ ਦੇ ਵਿੱਚ ਇੰਨੀ ਡਿਟੇਲ ਅਤੇ ਕਸਟਮਰ ਸਰਵਿਸ ਕਰਕੇ ਆਪਣੇ ਆਪ ਤੇ ਮਾਣ ਕਰਦਾ ਹੈ। ਕੰਮ ਵਿੱਚ ਡਿਟੇਲ, ਯਾਨੀ ਕਿ ਜਦੋਂ ਕਿਸੇ ਨੂੰ ਉਧਾਰ ਦੇਣਾ ਹੋਵੇ ਤਾਂ ਉਹ ਡਾਕੂਮੈਂਟਸ ਪੂਰੀ ਤਰ੍ਹਾਂ ਵਾਚਦੇ ਹਨ ਅਤੇ ਉਹਦੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਸੁਰੱਖਿਆ ਕਰਦੇ ਹਨ। ਹੀ ਸੈਡ, ਉਸਨੇ ਕਿਹਾ, ਐਂਡ ਵਾਈਲ ਯੂ ਆਰ ਅਵੇ ਵੀ ਡਿਡ ਅ ਬੈਕਗਰਾਊਂਡ ਚੈੱਕ, ਇਟਸ ਰੂਟੀਨ, ਅਤੇ ਜਦੋਂ ਤੁਸੀਂ ਗਏ ਹੋਏ ਸੀ ਅਸੀਂ ਤੁਹਾਡੀ ਬੈਕਗਰਾਊਂਡ ਚੈੱਕ ਕੀਤੀ, ਇਟਸ ਰੂਟੀਨ, ਇਹ ਸਾਡੀ ਰੂਟੀਨ ਹੈ, ਐਂਡ ਡਿਸਕਵਰਡ ਯੂ ਆਰ ਐਕਚੁਅਲੀ ਵਨ ਆਫ ਦਾ ਵੈਲਥੀਐਸਟ ਮੈਨ ਇਨ ਅਮੈਰੀਕਾ।
ਤਾਂ ਅਸੀਂ ਚੈੱਕ ਕੀਤਾ ਕਿ ਤੁਸੀਂ ਤਾਂ ਅਮਰੀਕਾ ਦੇ ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਹੋ, ਵਾਈ ਔਨ ਅਰਥ ਵੁੱਡ ਯੂ ਨੀਡ ਟੂ ਬੋਰੋ ਡੋਲਰ 5,000, ਤਾਂ ਕਿਉਂ ਤੁਹਾਨੂੰ ਇਸ ਧਰਤੀ 'ਤੇ ਸਿਰਫ $5,000 ਉਧਾਰ ਲੈਣੇ ਪਏ? ਇਟ ਜਸਟ ਡਜ਼ਨਟ ਮੇਕ ਸੈਂਸ, ਇਹ ਕੋਈ ਗੱਲ ਨਹੀਂ ਬਣਦੀ। ਥੋਮਸ ਸਮਾਈਲਡ, ਥੋਮਸ ਮੁਸਕਰਾਇਆ, ਪਿਕਡ ਅਪ ਦ ਕੀਜ਼ ਫਰੋਮ ਦ ਕਾਊਂਟਰ ਐਂਡ ਸੈਡ, ਉਸਨੇ ਕਾਊਂਟਰ ਤੋਂ ਚਾਬੀਆਂ ਚੱਕੀਆਂ ਅਤੇ ਕਿਹਾ, ਕੈਨ ਯੂ ਟੈਲ ਮੀ ਅਨਦਰ ਵੇ ਆਈ ਕੁੱਡ ਹੈਵ ਪਾਰਕਡ ਮਾਈ ਨਿਊ ਫਰਾਰੀ ਇਨ ਦ ਮਿਡਲ ਆਫ ਨਿਊਯਾਰਕ ਫੋਰ 2 weeks ਫੋਰ ਜਸਟ $15? ਕਿ ਤੂੰ ਮੈਨੂੰ ਕੋਈ ਹੋਰ ਰਾਹ ਦੱਸ ਸਕਦਾ ਹੈ ਕਿ ਨਿਊਯਾਰਕ ਵਰਗੇ ਸ਼ਹਿਰ ਦੇ ਬਿਲਕੁਲ ਮਿਡਲ ਦੇ ਵਿੱਚ ਮੈਂ ਕਿਹੜੀ ਐਸੀ ਜਗ੍ਹਾ ਹੈ ਜਿੱਥੇ 2 ਹਫ਼ਤਿਆਂ ਲਈ ਆਪਣੀ ਕਾਰ ਪਾਰਕ ਕਰਨੀ ਹੋਵੇ, ਉਹ ਵੀ ਸਿਰਫ ਅਤੇ ਸਿਰਫ $15 ਵਿੱਚ, ਐਂਡ ਸਟਿਲ ਐਕਸਪੈਕਟ ਟੂ ਗੈਟ ਇਟ ਬੈਕ ਇਨ ਟੋਪ ਕੰਡੀਸ਼ਨ, ਅਤੇ ਇਹ ਵੀ ਨਾਲ ਮੈਂ ਐਕਸਪੈਕਟ ਕਰਾਂ ਕਿ ਉਹ ਪੂਰੀ ਟੋਪ ਕੰਡੀਸ਼ਨ 'ਚ ਮੈਨੂੰ ਵਾਪਸ ਹੋਏਗੀ। ਵਿਦ ਦੈਟ, ਇਹ ਕਹਿੰਦੇ ਹੋਏ ਥੋਮਸ ਵਾਕਡ ਆਊਟ ਆਫ ਦ ਡੋਰ, ਥੋਮਸ ਉਸ ਦਰਵਾਜ਼ੇ ਵਿੱਚੋਂ ਨਿਕਲਿਆ, ਐਂਡ ਦ ਲੋਨ ਆਫਿਸਰ ਸਮਾਈਲਡ ਅ ਬਿਗਰ ਸਮਾਈਲ, ਅਤੇ ਉਸ ਕਰਜ਼ਾ ਦੇਣ ਵਾਲੇ ਅਫਸਰ ਨੇ ਬਹੁਤ ਵੱਡੀ ਸਮਾਈਲ ਆਪਣੇ ਚਿਹਰੇ 'ਤੇ ਲੈ ਕੇ ਆਉਂਦੀ। ਐਗਜ਼ਾਮਪਲਸ ਆਫ ਐਪਲੀਕੇਸ਼ਨ ਆਫ ਲੈਟਰਲ ਔਰ ਨੋਨ ਲੀਨੀਅਰ ਥਿੰਕਿੰਗ ਅਬਾਊਂਡ ਇਨ ਸੈਵਰਲ ਫੀਲਡਸ, ਕਈ ਤਰ੍ਹਾਂ ਦੀਆਂ ਫੀਲਡਸ ਭਰੀਆਂ ਪਈਆਂ ਹਨ ਇਹਨਾਂ ਐਗਜ਼ਾਮਪਲਸ ਦੇ ਨਾਲ, ਜਿੱਥੇ ਅਲੱਗ ਸੋਚ ਅਤੇ ਲੀ ਤੋਂ ਹਟ ਕੇ ਸੋਚ ਨੂੰ ਅਪਲਾਈ ਕੀਤਾ ਹੋਵੇ, ਐਪਲੀਕੇਟ ਕੀਤਾ ਹੋਵੇ, ਐਪਲੀਕੇਸ਼ਨਸ ਨਾਲ ਉਹ ਭਰੀਆਂ ਪਈਆਂ ਹਨ। ਇਨ ਕ੍ਰਿਕਟ, ਜੇ ਕ੍ਰਿਕਟ ਦੀ ਗੱਲ ਕਰੀਏ, ਕੈਰੀ ਪੈਕਰ ਇੰਟਰੋਡਿਊਸਡ ਡੇ ਨਾਈਟ ਮੈਚਿਸ ਐਂਡ ਕਲਰਫੁੱਲ ਬੋਲਸ ਐਂਡ ਕਲੋਦਿੰਗ, ਕੈਰੀ ਪੈਕਰ ਨੇ ਕਈ ਚੀਜ਼ਾਂ ਇੰਟਰੋਡਿਊਸ ਕੀਤੀਆਂ ਜਿੱਦਾਂ ਡੇ ਨਾਈਟ ਮੈਚਿਸ, ਕਲਰਫੁੱਲ ਬੋਲਸ ਅਤੇ ਕਲਰਫੁੱਲ ਕਲੋਦਿੰਗ। ਅ ਡਿਪਾਰਚਰ ਫਰੋਮ ਟ੍ਰੈਡੀਸ਼ਨ ਦੈਟ ਬਿਕਮ ਸੋ ਸਕਸੈਸਫੁੱਲ ਦੈਟ ਦ ਹੋਲ ਵਰਲਡ ਆਫ ਕ੍ਰਿਕਟ ਅਡੋਪਟਡ ਇਟ, ਇਹ ਪੁਰਾਣੇ ਤਰੀਕੇ ਤੋਂ ਨਵੇਂ ਵੱਲ ਜਾਣਾ ਇੰਨਾ ਕਾਮਯਾਬ ਰਿਹਾ ਕਿ ਸਾਰੀ ਦੁਨੀਆ ਨੇ ਇਸ ਨੂੰ ਅਡੋਪਟ ਕਰ ਲਿਆ, ਅਪਣਾ ਲਿਆ। ਆਸਟ੍ਰੇਲੀਆ ਰੀਸੈਂਟਲੀ ਐਕਸਪੈਰੀਮੈਂਟਡ ਵਿਦ 2 ਡਿਫਰੈਂਟ ਕੈਪਟਨਸ ਫੋਰ ਦ ਟੈਸਟ ਐਂਡ ਵਨ ਡੇ ਮੈਚਿਸ, ਹੁਣੇ ਹੀ ਆਸਟ੍ਰੇਲੀਆ ਨੇ ਇੱਕ ਐਕਸਪੈਰੀਮੈਂਟ ਕੀਤਾ ਹੈ ਕਿ ਉਸਨੇ ਆਪਣੇ 2 ਕੈਪਟਨ ਬਣਾਏ ਹਨ, ਟੈਸਟ ਮੈਚ ਲਈ ਅਲੱਗ ਅਤੇ ਵਨ ਡੇ ਮੈਚਿਸ ਲਈ ਅਲੱਗ। ਨਾਓਡੇਸ, ਅੱਜ ਕੱਲ੍ਹ ਦ T20 ਮੈਚਿਸ ਹੈਵ ਬਿਕਮ ਅ ਰੇਜ, ਅੱਜ ਕੱਲ੍ਹ T20 ਦੇ ਮੈਚਿਸ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਲੈਟਰਲ ਥਿੰਕਿੰਗ ਐਕਸਪਰਟ ਐਡਵਰਡ ਡੀਬੋਨੋ ਸੇਜ਼, ਲੈਟਰਲ ਥਿੰਕਿੰਗ ਦੇ ਐਕਸਪਰਟ ਹਨ ਜੋ ਐਡਵਰਡ ਡੀਬੋਨੋ ਕਹਿੰਦੇ ਹਨ, ਵਿਦ ਲੌਜਿਕ ਯੂ ਸਟਾਰਟ ਵਿਦ ਸਰਟਨ ਇਨਗਰੀਡੀਐਂਟਸ, ਤਰਕ ਦੇ ਨਾਲ ਤੁਸੀਂ ਕੁਝ ਚੀਜ਼ਾਂ ਨਾਲ ਸ਼ੁਰੂ ਕਰਦੇ ਹੋ, ਜਸਟ ਐਜ ਇਨ ਚੈੱਸ ਯੂ ਸਟਾਰਟ ਆਊਟ ਵਿਦ ਗਿਵਨ ਪੀਸਿਸ, ਕਿ ਜਿੱਦਾਂ ਚੈੱਸ ਦੇ ਵਿੱਚ ਤੁਸੀਂ ਕੁਝ ਮੋਹਰਿਆਂ ਨਾਲ ਸ਼ੁਰੂ ਕਰਦੇ ਹੋ, ਬਟ ਵਟ ਆਰ ਦੋਜ਼ ਪੀਸਿਸ, ਪਰ ਉਹ ਪੀਸਿਸ ਕੀ ਹਨ ਇਨ ਮੋਸਟ ਰੀਅਲ ਲਾਈਫ ਸਿਚੁਏਸ਼ਨਸ, ਕਿ ਉਹ ਪੀਸਿਸ ਸਾਡੀ ਲਾਈਫ ਦੀਆਂ ਸਿਚੁਏਸ਼ਨਸ ਹਨ, ਦ ਪੀਸਿਸ ਆਰ ਨੋਟ ਗਿਵਨ, ਜਸਟ ਐਜ਼ਿਊਮ ਦੇ ਆਰ ਦੇਅਰ, ਸਾਡੀ ਲਾਈਫ ਵਿੱਚ ਉਹ ਪੀਸਿਸ ਦਿੱਤੇ ਤਾਂ ਨਹੀਂ ਹੋਏ, ਪਰ ਆਪਾਂ ਮੰਨ ਕੇ ਚੱਲੀਏ ਕਿ ਉਹ ਉੱਥੇ ਹਨ। ਵੀ ਐਜ਼ਿਊਮ ਸਰਟਨ ਪਰਸੈਪਸ਼ਨ ਕੌਨਸੈਪਟਸ ਐਂਡ ਬਾਉਂਡਰੀਜ਼, ਅਸੀਂ ਕੁਝ ਖਾਸ ਧਾਰਨਾਵਾਂ, ਪਰਿਭਾਸ਼ਾਵਾਂ ਅਤੇ ਸੀਮਾਵਾਂ ਮੰਨ ਲੈਂਦੇ ਹਾਂ ਆਪਣੀ ਲਾਈਫ ਵਿੱਚ। ਵਨ ਇਜ਼ ਆਲਵੇਜ਼ ਕਨਫਿਊਜ਼ਿੰਗ ਕੰਡੀਸ਼ਨਡ ਥਿੰਕਿੰਗ ਵਿਦ ਕ੍ਰੀਏਟਿਵ ਥਿੰਕਿੰਗ, ਕੰਡੀਸ਼ਨ ਥਿੰਕਿੰਗ ਹੁੰਦੀ ਹੈ ਪ੍ਰਸਥਿਤੀਆਂ ਦੇ ਹਿਸਾਬ ਨਾਲ ਸੋਚਣਾ, ਯਾਨੀ ਵਾਤਾਅਨੁਕੂਲਿਤ ਸੋਚ, ਕਿ ਜਿੱਦਾਂ ਦਾ ਵਾਤਾਵਰਣ ਹੋਏਗਾ, ਜਿੱਦਾਂ ਦੀ ਪ੍ਰਸਥਿਤੀ ਹੋਏਗੀ, ਉਸ ਤਰ੍ਹਾਂ ਦਾ ਸੋਚਣਾ, ਅਤੇ ਕ੍ਰੀਏਟਿਵ ਥਿੰਕਿੰਗ ਰਚਨਾਤਮਕ ਥਿੰਕਿੰਗ। ਕੁਝ ਲੋਕ ਹਮੇਸ਼ਾ ਕਨਫਿਊਜ਼ ਰਹਿੰਦੇ ਹਨ ਵਾਤਾਅਨੁਕੂਲਿਤ ਥਿੰਕਿੰਗ ਅਤੇ ਰਚਨਾਤਮਕ ਥਿੰਕਿੰਗ ਦੇ ਵਿਚਕਾਰ। ਡੀ ਬੂਨੋ ਐਕਸਪਲੇਨਸ ਦੈਟ ਲੈਟਰਲ ਥਿੰਕਿੰਗ ਇਜ਼ ਕੰਸਰਨਡ ਨੋਟ ਵਿਦ ਪਲੇਇੰਗ ਵਿਦ ਦਾ ਐਗਜ਼ਿਸਟਿੰਗ ਪੀਸਿਸ, ਡੀ ਬੂਨੋ ਨੇ ਐਕਸਪਲੇਨ ਕੀਤਾ ਕਿ ਲੈਟਰਲ ਥਿੰਕਿੰਗ ਇਹਦੇ ਨਾਲ ਸੰਬੰਧਿਤ ਨਹੀਂ ਹੈ। ਕਿਹਦੇ ਨਾਲ? ਕਿ ਜਿਹੜੇ ਪੀਸਿਸ ਚੈੱਸ ਦੇ ਸਾਡੇ ਸਾਹਮਣੇ ਪਏ ਹਨ, ਸਿਰਫ ਉਹਨਾਂ ਦੇ ਨਾਲ ਹੀ ਖੇਡਣਾ, ਲੈਟਰਲ ਥਿੰਕਿੰਗ ਇਸ ਚੀਜ਼ ਨਾਲ ਨਹੀਂ ਸੰਬੰਧਿਤ ਹੈ, ਬਟ ਵਿਦ ਸੀਕਿੰਗ ਟੂ change those very pieces, ਪਰ ਉਹਨਾਂ ਸਾਹਮਣੇ ਪਏ ਹੋਏ ਪੀਸਿਸ ਯਾਨੀ ਸਾਹਮਣੇ ਪਈਆਂ ਹੋਈਆਂ ਪ੍ਰਸਥਿਤੀਆਂ ਨੂੰ ਚੇਂਜ ਕਰਨ ਦੀ ਇੱਛਾ ਰੱਖਣਾ, ਇਹੀ ਲੈਟਰਲ ਥਿੰਕਿੰਗ ਹੈ। ਇਟ ਇਜ਼ ਕੰਸਰਨਡ ਵਿਦ ਦਾ ਪਰਸੈਪਸ਼ਨ ਪਾਰਟ ਆਫ ਥਿੰਕਿੰਗ, ਕਿ ਇਹ ਸੋਚਣ ਸਮਝਣ ਦੀ ਸ਼ਕਤੀ ਦੀ ਸੰਵੇਦਨਾ ਦੇ ਨਾਲ ਜ਼ਿਆਦਾ ਸੰਬੰਧ ਰੱਖਦੀ ਹੈ, ਕਿ ਭਾਵ ਅਸੀਂ ਕਿਸੇ ਵੀ ਚੀਜ਼ ਨੂੰ ਕਿਸ ਤਰੀਕੇ ਦੇ ਨਾਲ ਸੋਚਦੇ ਹਾਂ। Adapted from an article on lateral thinking in www.lifepositive.com. ਇਹ ਲੇਖ ਲੈਟਰਲ ਥਿੰਕਿੰਗ, ਜੋ ਕਿ www.lifepositive.com ਵੈਬਸਾਈਟ ਦੇ ਇੱਕ ਆਰਟੀਕਲ ਤੋਂ ਲਿਆ ਗਿਆ ਹੈ। ਐਡਵਰਡ ਡੀ ਬੂਨੋ ਵਾਜ਼ ਅ ਪ੍ਰੋਫੈਸਰ ਐਟ ਆਕਸਫੋਰਡ, ਐਡਵਰਡ ਡੀ ਬੂਨੋ ਆਕਸਫੋਰਡ ਦੇ ਵਿੱਚ ਇੱਕ ਪ੍ਰੋਫੈਸਰ ਸਨ।
PhD in psychology, जिन्होंने मनोविज्ञान में PhD की। He wrote more than 40 books, जिन्होंने 40 तो ज़्यादा किताबें लिखिया। He is known for propagating the art of lateral thinking, जिन्होंने अलग सोच की कला का प्रचार और प्रसार किया। सो होप तुहानू ये लैसन बहुत ज़्यादा पसंद आया होगा, तो तुसी भी अपनी सोच में लैटरल थिंकिंग जरूर लैके आओगे। सो इन नटशेल जे मैं कहना होवे तो सिंपल गल ये है कि जो कोई समस्या आए तो उसनू प्रॉब्लम नहीं कहना, उसनू चैलेंज कहना है। चैलेंज का हल हो जाता, प्रॉब्लम असी उलझ के रह जाते हाँ। जो असी किसी चीज़ को चैलेंज मनते हाँ तो असी ऑटोमैटिकली अपने आप में एक टारगेट दे दें कि इस चैलेंज चो असी निकलना किता है। तो जदों असी किसी चीज़ को प्रॉब्लम कहने तो असी उदे विच ही गलतान होना शुरू हो जाते हैं, तो उदा प्रभाव कबूल करना शुरू कर देंगे हाँ। सो आई होप यू एंजॉयड इट अलॉट। थैंक यू वेरी मच।